ਹਾਟ ਨਿਊਜ਼ ਇੰਡੀਆ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਹਿਮਾਚਲ ਦੇ ਵਿੱਚ ਇਸ ਵੇਲੇ ਬਾਰਿਸ਼ ਦਾ ਕਹਿਰ ਜਾਰੀ ਹੈ। ਅਸੀਂ ਦੇਖ ਰਹੇ ਹਾਂ ਹਿਮਾਚਲ ਦੇ ਵਿੱਚ ਕਾਫੀ ਜ਼ਿਆਦਾ ਬਰਸਾਤ ਹੋ ਰਹੀ ਹੈ, ਜਿਸ ਦੇ ਚੱਲਦੇ ਕਿ ਹੁਣ ਇਹ ਫੈਸਲਾ ਲਿੱਤਾ ਗਿਆ ਹੈ ਕਿ 30 ਜੂਨ ਨੂੰ ਲਾਰਜੀ ਡੈਮ ਦੇ ਸਾਰੇ ਦਰਵਾਜ਼ੇ ਖੋਲ੍ਹ ਦਿੱਤੇ ਜਾਣਗੇ, ਜਿਸ ਤੋਂ ਬਾਅਦ ਕਿ ਬਿਆਸ ਦੇ ਵਿੱਚ ਪਾਣੀ ਦਾ ਜਿਹੜਾ ਹੈ ਵਾਧਾ ਹੋ ਸਕਦਾ ਹੈ ਅਤੇ ਪਾਣੀ ਦਾ ਬਹਾਅ ਜਿਹੜਾ ਹੈ ਉਹ ਵੱਧਦਾ ਹੋਇਆ ਨਜ਼ਰ ਆਵੇਗਾ। ਤਾਂ ਜਿਸ ਦੇ ਲਈ ਪਹਿਲੇ ਹੀ ਐਡਵਾਈਜ਼ਰੀ ਜਾਰੀ ਕਰ ਦਿੱਤੀ ਗਈ ਹੈ। ਹਿਮਾਚਲ ਦੇ ਲੋਕਾਂ ਲਈ, ਸਥਾਨਕ ਲੋਕਾਂ ਨੂੰ ਅਤੇ ਸੈਲਾਨੀਆਂ ਨੂੰ ਇਹ ਅਪੀਲ ਕੀਤੀ ਜਾਂਦੀ ਹੈ ਕਿ ਉਹ ਡੈਮ ਦੇ ਲਾਗੇ ਜਾਂ ਫਿਰ ਬਿਆਸ ਦੇ ਲਾਗੇ ਨਾ ਆਉਣ, ਕਿਉਂਕਿ ਪਾਣੀ ਦੇ ਵਿੱਚ ਬਹਾਅ ਜਿਹੜਾ ਹੈ ਉਹ ਵੱਧ ਜਾਂਦਾ ਹੈ ਜਦੋਂ ਡੈਮ ਦੇ ਸਾਰੇ ਦਰਵਾਜ਼ੇ ਖੋਲ੍ਹ ਦਿੱਤੇ ਜਾਣਗੇ। ਦਰਅਸਲ ਇਹ ਜਿਹੜੇ ਦਰਵਾਜ਼ੇ ਖੋਲ੍ਹੇ ਜਾਂਦੇ ਹਨ ਮੌਨਸੂਨ ਤੋਂ ਪਹਿਲਾਂ ਖੋਲ੍ਹੇ ਜਾਂਦੇ ਹਨ, ਮਿੱਟੀ ਵਿੱਚੋਂ ਕੱਢੀ ਜਾਂਦੀ ਹੈ ਤਾਂ ਕਿ ਬਾਅਦ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਰੁਕਾਵਟ ਨਾ ਆਵੇ, ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਾ ਆਵੇ। ਤਾਂ ਤੁਹਾਨੂੰ ਦੱਸ ਦਈਏ, ਗਾਰ ਪਾਣੀ ਦੇ ਵਿੱਚੋਂ ਕੱਢਿਆ ਜਾਂਦਾ ਹੈ, ਡੈਮਸ ਦੇ ਵਿੱਚੋਂ ਕੱਢਿਆ ਜਾਂਦਾ ਹੈ, ਜਿਸ ਕਰਕੇ ਕਿ ਹੁਣ ਡੈਮ ਦੇ ਸਾਰੇ ਦਰਵਾਜ਼ੇ ਖੋਲ੍ਹ ਦਿੱਤੇ ਜਾਣਗੇ ਲਾਰਜੀ ਡੈਮ ਦੇ ਦਰਵਾਜ਼ੇ ਖੁੱਲ੍ਹਣ 'ਤੇ। ਹੁਣ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਅਤੇ ਐਡਵਾਈਜ਼ਰੀ ਜਾਰੀ ਕਰ ਦਿੱਤੀ ਗਈ ਹੈ ਕਿ ਆਪਣੇ ਜਾਨਵਰਾਂ ਨੂੰ ਵੀ ਉਸ ਦੇ ਲਾਗੇ ਨਾ ਲਿਜਾਇਆ ਜਾਵੇ ਅਤੇ ਖੁਦ ਵੀ ਸਾਰਿਆਂ ਦੇ ਵੱਲੋਂ ਉੱਥੇ ਨਾ ਜਾਇਆ ਜਾਵੇ, ਕਿਉਂਕਿ ਪਾਣੀ ਦੇ ਬਹਾਅ ਵਿੱਚ ਵਾਧਾ ਹੋਣਾ ਯਕੀਨਨ ਹੈ, ਕਿਉਂਕਿ ਸਾਰੇ ਦਰਵਾਜ਼ੇ ਖੋਲ੍ਹ ਦਿੱਤੇ ਜਾਣਗੇ ਅਤੇ ਬਰਸਾਤ ਦਾ ਮੌਸਮ ਹੈ ਅਤੇ ਇੱਕ ਦਿਨ ਦੇ ਲਈ ਬਿਜਲੀ ਦਾ ਉਤਪਾਦਨ ਵੀ ਜਿਹੜਾ ਹੈ ਉਹ ਬੰਦ ਰਹੇਗਾ ਅਤੇ ਮਿੱਟੀ ਜਿਹੜੀ ਹੈ ਉਹ ਡੈਮ ਦੇ ਵਿੱਚੋਂ ਕੱਢੀ ਜਾਵੇਗੀ। ਦਰਅਸਲ ਹਰ ਸਾਲ ਇਹ ਜਿਹੜੀ ਮਿੱਟੀ ਹੈ ਡੈਮ 'ਚੋਂ ਕੱਢੀ ਜਾਂਦੀ ਹੈ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਰੁਕਾਵਟ ਨਾ ਆਵੇ, ਅੱਗੇ ਜਾ ਕੇ ਕਿਸੇ ਤਰੀਕੇ ਦੀ ਕੋਈ ਰੁਕਾਵਟ ਨਾ ਆਵੇ, ਤਾਂ ਗਾਰ ਪਾਣੀ ਦੇ ਵਿੱਚੋਂ ਕੱਢਿਆ ਜਾਂਦਾ, ਜਿਸ ਦੇ ਚੱਲਦੇ ਪਹਿਲਾਂ ਹੀ ਐਡਵਾਈਜ਼ਰੀ ਜਾਰੀ ਕਰ ਦਿੱਤੀ ਗਈ ਹੈ ਹਿਮਾਚਲ ਦੇ ਲੋਕਾਂ ਲਈ। ਪਿਛਲੇ ਸਾਲ ਵੀ ਮੰਡੀ ਵਿੱਚ ਕਾਫੀ ਜ਼ਿਆਦਾ ਬਰਸਾਤ ਹੋਈ ਸੀ, ਜਿਸ ਕਾਰਨ ਕਾਫੀ ਜ਼ਿਆਦਾ ਨੁਕਸਾਨ ਹੋਇਆ ਸੀ। ਇਸ ਵੇਲੇ ਵੀ ਅਸੀਂ ਦੇਖ ਰਹੇ ਹਾਂ ਹਿਮਾਚਲ ਦੇ ਵਿੱਚ ਲੈਂਡ ਸਲਾਈਡਸ ਅਤੇ ਹੋਰ ਵੀ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਲੋਕਾਂ ਨੂੰ ਬਰਸਾਤ ਦੇ ਮੌਸਮ ਵਿੱਚ ਸਾਹਮਣਾ ਕਰਨਾ ਪੈਂਦਾ ਹੈ। ਤਾਂ ਇਸੇ ਸਭ ਦੇ ਚੱਲਦੇ ਹੁਣ 30 ਜੂਨ ਨੂੰ ਸਵੇਰੇ 6 ਵਜੇ ਲਾਰਜੀ ਡੈਮ ਦੇ ਸਾਰੇ ਦਰਵਾਜ਼ੇ ਖੋਲ੍ਹ ਦਿੱਤੇ ਜਾਣਗੇ, ਜਿਸ ਤੋਂ ਬਾਅਦ ਪਾਣੀ ਦਾ ਬਹਾਅ ਜਿਹੜਾ ਹੈ ਵੱਧ ਜਾਵੇਗਾ, ਰੇਤ ਪਾਣੀ ਦੇ ਵਿੱਚੋਂ ਜਿਹੜੀ ਮਿੱਟੀ ਹੈ ਉਹ ਕੱਢੀ ਜਾਵੇਗੀ, ਕਿਉਂਕਿ ਬਰਸਾਤ ਦੇ ਮੌਸਮ ਤੋਂ ਪਹਿਲਾਂ, ਮੌਨਸੂਨ ਤੋਂ ਪਹਿਲਾਂ ਜਿਹੜੀ ਗਾਰ ਹੈ ਉਹ ਪਾਣੀ ਦੇ ਵਿੱਚੋਂ ਕੱਢੀ ਜਾਂਦੀ ਹੈ ਡੈਮ ਦੇ ਵਿੱਚੋਂ। ਤਾਂ ਬਿਆਸ ਨਦੀ ਦੇ ਕੰਢੇ ਜਿਹੜਾ ਹੈ ਲੋਕਾਂ ਨੂੰ ਜਾਣ ਦੇ ਲਈ ਮਨਾ ਕੀਤਾ ਗਿਆ ਹੈ। ਜਿਹੜੇ ਲੋਕਾਂ ਦਾ ਘਰ ਹੇਠਲੇ ਇਲਾਕਿਆਂ ਦੇ ਵਿੱਚ ਆਉਂਦਾ ਹੈ, ਖਾਸ ਕਰਕੇ ਉਹਨਾਂ ਲਈ ਵੀ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ, ਸਾਰੇ ਪ੍ਰਬੰਧ ਪ੍ਰਸ਼ਾਸਨ ਦੇ ਵੱਲੋਂ ਕੀਤੇ ਗਏ ਹਨ ਅਤੇ ਇਸ ਤਰੀਕੇ ਦੇ ਨਾਲ ਅਗਰ ਕਿਸੇ ਨੂੰ ਵੀ ਲੋੜ ਹੁੰਦੀ ਹੈ ਤਾਂ ਹਰ ਤਰੀਕੇ ਦੀ ਮਦਦ ਪ੍ਰਸ਼ਾਸਨ ਦੇ ਵੱਲੋਂ ਕੀਤੀ ਜਾਵੇਗੀ। ਤਾਂ ਪਹਿਲਾਂ ਹੀ ਐਡਵਾਈਜ਼ਰੀ ਵੀ ਜਾਰੀ ਕਰ ਦਿੱਤੀ ਗਈ ਹੈ ਤਾਂ ਕਿ ਕੋਈ ਵੀ ਬਿਆਸ ਨਦੀ ਦੇ ਕੰਢੇ ਨਾ ਜਾਵੇ ਅਤੇ ਆਪਣਾ ਬਚਾਅ ਆਪਣੇ ਹੱਥੀ ਹੋਵੇ, ਕਿਉਂਕਿ ਬਰਸਾਤ ਦੇ ਮੌਸਮ ਵਿੱਚ ਕਾਫੀ ਖਤਰਾ ਰਹਿੰਦਾ ਹੈ, ਕਈ ਸਾਰੀਆਂ ਸਮੱਸਿਆਵਾਂ ਦਾ ਲੋਕਾਂ ਨੂੰ ਸਾਹਮਣਾ ਕਰਨਾ ਪੈਂਦਾ ਹੈ। ਤਾਂ ਹੁਣ 30 ਤਰੀਕ ਨੂੰ ਜਿਹੜੇ ਸਾਰੇ ਦਰਵਾਜ਼ੇ ਖੋਲ੍ਹ ਦਿੱਤੇ ਜਾਣਗੇ, ਉਸ ਤੋਂ ਬਾਅਦ ਜਾਨਵਰਾਂ ਨੂੰ ਵੀ ਉੱਥੇ ਲੈ ਕੇ ਜਾਣ ਦੇ ਲਈ ਮਨਾ ਕੀਤਾ ਗਿਆ। ਬਿਆਸ ਦਰਿਆ ਦੇ ਕੰਢੇ ਤੇ ਲੱਗਦੇ ਸਾਰੇ ਪਿੰਡ, ਕਿਉਂਕਿ ਹੇਠਲੇ ਇਲਾਕੇ ਦੀ ਜੇਕਰ ਗੱਲ ਕਰੀਏ ਤਾਂ ਹੇਠਲੇ ਇਲਾਕੇ ਵਿੱਚ ਜਿੰਨੇ ਵੀ ਪਿੰਡ ਪੈਂਦੇ ਹਨ ਉਹਨਾਂ ਨੂੰ ਵੀ ਖਾਸ ਕਰਕੇ ਅਪੀਲ ਕੀਤੀ ਗਈ ਹੈ ਕਿ ਆਪਣੇ ਸਮਾਨ ਦਾ ਬਚਾਅ ਉਸ ਤਰੀਕੇ ਦੇ ਨਾਲ ਕੀਤਾ ਜਾਵੇ ਕਿ ਕਿਸੇ ਦਾ ਕੋਈ ਵੀ ਨੁਕਸਾਨ ਨਾ ਹੋਵੇ, ਕਿਸੇ ਦੇ ਘਰਾਂ ਦਾ ਕੋਈ ਨੁਕਸਾਨ ਨਾ ਹੋਵੇ ਅਤੇ ਨਾ ਹੀ ਕਿਸੇ ਨੂੰ ਕੰਢੇ ਵੱਲ ਜਾਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ। ਸਾਰਿਆਂ ਨੂੰ ਅਪੀਲ ਕੀਤੀ ਜਾਂਦੀ ਕਿ ਆਪਣਾ ਬਚਾਅ ਆਪਣੇ ਹੱਥ ਦੇ ਵਿੱਚ ਹੈ। ਜਿਹੜੇ ਜਾਨਵਰ ਹਿਮਾਚਲ ਦੇ ਵਿੱਚ ਲੋਕਾਂ ਨੇ ਕਈ ਰੱਖੇ ਹੁੰਦੇ ਹਨ, ਪਸ਼ੂ ਰੱਖੇ ਹੁੰਦੇ ਹਨ, ਤਾਂ ਉਹਨਾਂ ਨੂੰ ਵੀ ਨਦੀ ਦੇ ਕੰਢੇ ਨਾ ਲਿਜਾਣ ਦੀ ਜਿਹੜੀ ਅਪੀਲ ਕੀਤੀ ਗਈ ਹੈ। ਤਾਂ ਉੱਥੇ 30 ਜੂਨ ਨੂੰ ਜਿਹੜੇ ਇਹ ਡੈਮ ਦੇ ਦਰਵਾਜ਼ੇ ਨੇ ਲਾਰਜੀ ਡੈਮ ਦੇ ਦਰਵਾਜ਼ੇ ਉਹ ਖੋਲ੍ਹ ਦਿੱਤੇ ਜਾਣਗੇ ਅਤੇ ਰੇਤ ਨੂੰ ਜਿਹੜੀ ਮਿੱਟੀ ਪਾਣੀ ਦੇ ਵਿੱਚੋਂ ਕੱਢੀ ਜਾਂਦੀ ਹੈ ਉਸਦਾ ਕੰਮ ਕੀਤਾ ਜਾਵੇਗਾ। ਦਰਅਸਲ ਇਹ ਮਿੱਟੀ ਇਸ ਲਈ ਕੱਢੀ ਜਾਂਦੀ ਤਾਂ ਕਿ ਅੱਗੇ ਜਾ ਕੇ ਕਿਸੇ ਵੀ ਤਰੀਕੇ ਦੀ ਕੋਈ ਰੁਕਾਵਟ ਨਾ ਆਵੇ, ਕਿਸੇ ਤਰੀਕੇ ਦੀ ਕੋਈ ਖਰਾਬੀ ਨਾ ਆਵੇ, ਤਾਂ ਕਰਕੇ ਜਿਹੜੀ ਗਾਰ ਹੈ ਉਸਨੂੰ ਕੱਢਿਆ ਜਾਂਦਾ ਹੈ।